ਤੇ ਸਾਨੂੰ ਥੋੜ੍ਹਾ ਜਿਹਾ ਟਾਈਮ ਚਾਹੀਦਾ, 5 ਕੁ ਸਾਲ ਹੋਰ ਦੇ ਦਿਓ, ਕਾਂਗਰਸ ਕੁੰਗਰਸ ਤਾਂ ਸਭ ਖਤਮ, ਆਮ ਆਦਮੀ ਪਾਰਟੀ ਮੁਕਾਬਲਾ ਕਰੂਗੀ ਬੀਜੇਪੀ ਇਕੱਲੀ। ਆਪਾਂ ਆਪਣੀ ਭੈਣ ਹੋਵੇ, ਭਤੀਜੀ ਹੋਵੇ, ਬੇਟੀ ਹੋਵੇ, ਕੀ ਆਪਾਂ ਉਹਦੇ ਸ਼ਰੇ ਬਾਜ਼ਾਰ ਕਚਹਿਰੀਆਂ 'ਚ ਇਸ ਤਰ੍ਹਾਂ ਮੂੰਹ 'ਤੇ ਹੱਥ ਲਾਉਣਾ ਜਿੱਦਾਂ ਚੰਨੀ ਨੇ ਲਾਇਆ ਬੀਬੀ ਜੀ? ਕੋਈ ਵੀ ਸ਼ਰੀਫ ਇਨਸਾਨ ਕਿਸੇ ਵੀ ਔਰਤ ਦੇ ਸ਼ਰੇ ਬਾਜ਼ਾਰ ਮੂੰਹ 'ਤੇ ਹੱਥ ਨਹੀਂ ਲਾਉਂਦਾ। ਬਹੁਤ ਘਟੀਆ ਕੰਮ ਕੀਤਾ ਉਹਨਾਂ ਨੇ, ਬਹੁਤ। ਚਾਹੇ ਉਹਨਾਂ ਨੇ ਬਾਅਦ 'ਚ ਬਚਣ ਲਈ ਕਹਿ ਦਿੱਤਾ ਕਿ ਤਾਂ ਮੇਰੀ ਭੈਣ ਆ, ਉਹ ਚੀਫ ਮਿਨਿਸਟਰ ਹੁੰਦੇ ਹੋਏ ਆਪਣੀਆਂ 2 ਸੀਟਾਂ ਤੋਂ ਬੁਰੀ ਤਰ੍ਹਾਂ ਹਾਰੇ। ਇਹਦਾ ਕਾਰਨ ਇਹ ਆ ਕਿ ਉਹ ਲੋਕਾਂ 'ਚ ਜਾਂਦੇ ਨਹੀਂ ਸੀ, ਉਹ ਲੋਕਾਂ ਦੇ ਦੁੱਖ ਸੁੱਖ ਵਿੱਚ ਹਾਜ਼ਰ ਨਹੀਂ ਹੁੰਦੇ ਸੀ। ਦੂਜਾ ਇਹ ਵੀ ਲੋਕ ਹੁਣ ਕਹਿਣ ਲੱਗ ਗਏ ਬਈ ਉਹਨਾਂ ਦੀ ਮਾਨਸਿਕਤਾ ਵੀ ਗੰਦੀ ਹੈ, ਅਤੇ ਬੀਜੇਪੀ 'ਚ ਪਤਾ ਨਹੀਂ ਡਰਦੇ ਚੱਲ ਗਏ, ਰਿੰਕੂ ਜੀ ਪਤਾ ਨਹੀਂ ਕਿਸੇ ਲਾਲਚ ਵਿੱਚ ਚੱਲ ਗਏ, ਅਤੇ ਇਹ ਉਹ ਤਾਂ ਉਹ ਹੀ ਦੱਸ ਸਕਦਾ ਸੀ। ਕੰਮ ਸਾਰੇ ਛੱਡ ਕੇ ਚੱਲ ਗਏ, ਪਰ ਮੈਂ ਉਹ ਸਾਰੇ ਕੰਮ ਕਰਾਊਂਗਾ। ਮਤਲਬ ਮੇਰੇ ਹਿਸਾਬ ਨਾਲ ਜੇ ਕਾਊਂਟ ਕਰੀਏ 10 ਤੋਂ 15 ਹਜ਼ਾਰ ਬੰਦਾ ਰੋਡ ਸ਼ੋਅ 'ਚ ਇੰਨੀ ਗਰਮੀ ਦੇ ਬਾਅਦ। ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂ ਵੱਲੋਂ ਹਲਕਾ ਫਿਲੌਰ ਵਿੱਚ ਆਪਣਾ ਚੁਣਾਵੀ ਦੌਰਾ ਕੀਤਾ ਗਿਆ ਅਤੇ ਵੱਖ ਵੱਖ ਪਿੰਡਾਂ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਉਹਨਾਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ ਅਤੇ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ 'ਤੇ ਵੀ ਉਹਨਾਂ ਨਿਸ਼ਾਨੇ ਸਾਧੇ। ਇਸ ਮੌਕੇ ਪੱਤਰਕਾਰਾਂ ਵੱਲੋਂ ਪੰਜਾਬ ਅੰਦਰ ਕਾਂਗਰਸ ਦੇ ਖਿਲਾਫ਼ ਦਿੱਤੇ ਜਾ ਰਹੇ ਬਿਆਨਾਂ ਅਤੇ ਪੰਜਾਬ ਤੋਂ ਬਾਹਰ ਸਮਝੌਤੇ 'ਤੇ ਪੁੱਛੇ ਗਏ ਸਵਾਲ ਬਾਰੇ ਉਹਨਾਂ ਕੀ ਕਿਹਾ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਅਤੇ ਚਰਨਜੀਤ ਸਿੰਘ ਚੰਨੀ ਬਾਰੇ ਉਹਨਾਂ ਕੀ ਕਿਹਾ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਨਾਨਕਾ ਪਿੰਡ ਵੀ ਕਹਿ ਦਈਏ, ਵਿਧਾਨ ਸਭਾ ਹਲਕਾ ਫਲੋਰ 'ਚ ਮਿਲਦਾ, ਨਾਨਕੇ ਦੇ ਵਿੱਚੋਂ ਪਿਆਰ ਦਾ ਭਰਪੂਰ ਮਿਲਦਾ ਹੈਗਾ ਜੀ। ਮੀਟਿੰਗਾਂ ਕਰ ਰਹੇ ਹਾਂ, ਕਿਹੋ ਜਿਹਾ ਪਿਆਰ ਮਿਲਦਾ ਜੀ? ਦੇਖੋ ਜੀ, ਮੇਰੀ ਜਲੰਧਰ ਜ਼ਿਲ੍ਹਾ ਮੇਰੀ ਜਨਮ ਭੂਮੀ ਆ ਅਤੇ ਕਰਮ ਭੂਮੀ ਆ। ਮੇਰੀਆਂ ਸਾਰੀਆਂ ਸੁੱਖ ਨਾਲ ਰਿਸ਼ਤੇਦਾਰੀਆਂ ਇਹਨਾਂ ਪਿੰਡਾਂ 'ਚ, ਅੱਗੇ ਤੋਂ ਅੱਗੇ ਉਂਗਲੀਆਂ ਸੰਗਲੀਆਂ। ਅੱਛਾ, ਰਿਸ਼ਤੇਦਾਰੀਆਂ ਤੋਂ ਵੀ ਵੱਧ ਜਿਹੜਾ ਤੁਸੀਂ ਜਿਨ੍ਹਾਂ ਨਾਲ ਕੰਮ ਕੀਤਾ ਹੁੰਦਾ ਲੰਬਾ ਸਮਾਂ, ਉਹ ਉਸ ਤੋਂ ਵੀ ਜ਼ਿਆਦਾ ਹੁੰਦਾ। ਸਾਥੀ ਤੁਹਾਡੇ, ਤੁਹਾਡੇ ਵਰਗੇ ਭਰਾ ਜਿਹੜੇ ਪੱਤਰਕਾਰਤਾ 'ਚ ਪਿਛਲੇ ਲੰਬੇ ਸਮੇਂ 'ਚੋਂ, ਸਾਰਿਆਂ ਨਾਲ ਆਪਣੇ ਇੱਕ ਰਿਸ਼ਤੇ ਆ ਅਤੇ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ। ਤੁਸੀਂ ਕੱਲ੍ਹ ਕਰਤਾਰਪੁਰ ਦਾ ਕਿਤੇ ਰੋਡ ਸ਼ੋਅ ਦੇਖ, ਅੱਗੇ ਤੋਂ ਅੱਗੇ ਰਿਕਾਰਡ ਟੁੱਟੀ ਜਾਂਦੇ ਆ। ਅਸੀਂ ਸਮਝਦੇ ਸੀ ਜਲੰਧਰ ਸ਼ਹਿਰ ਦਾ ਰੋਡ ਸ਼ੋਅ ਬਹੁਤ ਵੱਡਾ ਹੋਇਆ, ਸ਼ਾਹਕੋਟ ਨੇ ਉਹਦੇ ਰਿਕਾਰਡ ਤੋੜਤੇ, ਸ਼ਾਹਕੋਟ ਦਾ ਵਧੀਆ ਹੋਇਆ, ਕੱਲ੍ਹ ਕਰਤਾਰਪੁਰ ਨੇ ਸਾਰੇ ਰਿਕਾਰਡ ਤੋੜਤੇ। ਮਤਲਬ ਮੇਰੇ ਹਿਸਾਬ ਨਾਲ ਜੇ ਕਾਊਂਟ ਕਰੀਏ 10 ਤੋਂ 15 ਹਜ਼ਾਰ ਬੰਦਾ ਰੋਡ ਸ਼ੋਅ 'ਚ ਇੰਨੀ ਗਰਮੀ ਦੇ ਬਾਵਜੂਦ। ਆਮ ਆਦਮੀ ਪਾਰਟੀ ਲੋਕਾਂ ਨੇ ਆਪ ਬਣਾਈ ਆਪਣੇ ਵਾਸਤੇ, ਇਹ ਕੋਈ ਘਰਾਣਿਆਂ ਦੀ ਪਾਰਟੀ ਨਹੀਂ। ਇਹਦੇ ਵਿੱਚ ਫੈਸਲੇ ਘਰਾਣਿਆਂ ਦੇ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਨਹੀਂ ਕੀਤੇ ਜਾਂਦੇ, ਲੋਕ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਕੀਤੇ ਜਾਂਦੇ। ਅਤੇ ਜਿਹੜਾ 90% ਬਿਜਲੀ ਦਾ ਬਿੱਲ ਮਾਫ਼ ਕੀਤਾ, ਇਹ ਬਹੁਤ ਵੱਡੀ ਸਹੂਲਤ ਆ। 3000 ਰੁਪਈਆ ਮਹੀਨਾ ਹਰ ਘਰ ਨੂੰ ਮਿਲ ਰਿਹਾ, ਅਤੇ ਹੁਣ ਅਗਲੇ 2 ਮਹੀਨਿਆਂ 'ਚ ਅਸੀਂ 1000 ਰੁਪਈਆ ਮਹੀਨਾ ਵੀ ਦੇਣ ਜਾ ਰਹੇ ਹਾਂ ਜਿਹੜਾ ਬੀਬੀਆਂ ਦਾ। ਚੰਗੇ ਸਕੂਲ ਬਣ ਰਹੇ ਆ, ਮੁਹੱਲਾ ਕਲੀਨਿਕ ਬਣ ਰਹੀਆਂ, ਸੜਕਾਂ ਬਣ ਰਹੀਆਂ, ਮੁਫ਼ਤ ਦਵਾਈਆਂ, ਮੁਫ਼ਤ ਟੈਸਟ, ਅਨੇਕਾਂ ਕੰਮ ਜਿਹੜੇ ਆ। ਦੇਖੋ, 16 ਟੋਲ ਪਲਾਜ਼ੇ ਬੰਦ ਹੋ ਗਏ, 58 ਕਰੋੜ ਰੁਪਏ ਦਾ ਉਹ ਜਿਹੜਾ ਲੋਕਾਂ ਤੋਂ ਬੋਝ ਹਟਾ ਦਿੱਤਾ ਭਗਵੰਤ ਸਿੰਘ ਮਾਨ ਨੇ। ਸੋ ਇਹ ਬੜੀਆਂ ਗੱਲਾਂ ਆ, ਬੜੇ ਕੰਮ ਆ, ਹਾਲੇ ਹੋਰ ਕਰਨੇ ਆ। ਲੋਕ ਸਹਿਯੋਗ ਵੀ ਦੇ ਰਹੇ ਆ, ਸਪੋਰਟ ਬਹੁਤ ਕਰ ਰਹੇ ਆ ਆਮ ਆਦਮੀ ਪਾਰਟੀ। ਆਪਣਾ ਜਿਹਾ ਮਹਿਸੂਸ ਹੁੰਦਾ ਕਿਉਂਕਿ ਇਹ ਸਾਰੇ ਹੀ ਇਹਦੇ ਪਾਰਟਨਰ ਆ। ਘਣਾਣੇ ਵਾਲੀਆਂ ਪਾਰਟੀਆਂ ਦੇ ਰਿਸ਼ਤੇਦਾਰ ਪਾਰਟਨਰ ਹੁੰਦੇ ਸੀ, ਬਾਕੀ ਸਾਰੇ ਵਰਕਰ ਹੁੰਦੇ ਸੀ, ਇਹਦੇ ਵਿੱਚ ਸਾਰੇ ਵਲੰਟੀਅਰ ਆ ਅਤੇ ਆਪ ਹੀ ਪਾਰਟਨਰ ਆ।
ਸੇਧਮਾਰੀ ਚੱਲ ਰਹੀ ਹੈ ਜੀ। ਅੱਜ ਕਈ ਪਾਰਟੀਆਂ ਜਿਹੜੇ ਹੈ ਅਹੁਦੇਦਾਰ ਵੀ ਹੈਗੇ, ਬਲੋਕ ਸੰਮਤੀ ਮੈਂਬਰ ਹੈ, ਪਰ ਕਹਿੰਦੇ ਚੰਨੀ ਲਹਿਰ ਚੱਲ ਰਹੀ ਹੈ, ਪਰ ਲੱਗਦਾ ਨਹੀਂ ਚੰਨੀ ਲਹਿਰ, ਉਹਦਾ ਨਾਰਾਜ਼ਗੀ ਜ਼ਾਹਰ ਕਰਕੇ ਚੰਨੀ ਨੂੰ ਵਾਪਸ ਭੇਜਣ ਦੀ ਲਹਿਰ ਚੱਲ ਰਹੀ ਹੈ, ਕਿਉਂਕਿ ਉਹਨਾਂ ਦਾ ਇੱਥੇ ਕੋਈ ਹੈ ਹੀ ਨਹੀਂ ਲੈਣ ਦੇਣ। ਉਹ ਤਾਂ 2021 ਤੋਂ ਪਹਿਲਾਂ ਕਦੀ ਜਲੰਧਰ ਆਏ ਹੀ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਗੁਰਾਇਆ ਕਿੱਥੇ ਆ, ਮਲਸੀਆਂ ਕਿੱਥੇ, ਲੋਹੀਆਂ ਕਿੱਥੇ, ਮਹਿਤਪੁਰ, ਨਕੋਦਰ, ਕਰਤਾਰਪੁਰ, ਭੋਗਪੁਰ, ਆਦਮਪੁਰ, ਹਾਂਜੀ, ਉਹਨਾਂ ਨੂੰ ਨਹੀਂ ਪਤਾ। ਉਹਨਾਂ ਨੇ ਤਾਂ ਜਦੋਂ ਟੈਕਨੀਕਲ ਮਿਨਿਸਟਰ ਸੀ, ਉਹਨਾਂ ਨੇ ਤਾਂ ਸਾਡੇ ਇੱਥੇ ਨੁਕਸਾਨ ਬੜਾ ਕੀਤਾ ਜਲੰਧਰ ਦਾ। ਸੋਫੀ ਪਿੰਡ ਦੀ ITI ਉਹਨਾਂ ਰੋਕ ਦਿੱਤੀ, ਮੇਰੇ ਆਦਮਪੁਰ ਦੀ ITI ਚੱਲਦੀ ਰੋਕ ਦਿੱਤੀ, ਤਾਂ ਉਹਨਾਂ ਨੇ ਤਾਂ ਕੀਤਾ ਹੀ ਕੁਛ ਨਹੀਂ ਜਲੰਧਰ ਵਾਸਤੇ। ਸੋ ਨਾਲੇ ਮੈਂ ਨਹੀਂ ਕਹਿਣਾ, ਉਹ ਚੀਫ ਮਿਨਿਸਟਰ ਹੁੰਦੇ ਹੋਏ ਆਪਣੀਆਂ 2 ਸੀਟਾਂ ਤੋਂ ਬੁਰੀ ਤਰ੍ਹਾਂ ਹਾਰੇ। ਇਹਦਾ ਕਾਰਨ ਇਹ ਆ ਕਿ ਉਹ ਲੋਕਾਂ 'ਚ ਜਾਂਦੇ ਨਹੀਂ ਸੀ, ਉਹ ਲੋਕਾਂ ਦੇ ਦੁੱਖ ਸੁੱਖ ਵਿੱਚ ਹਾਜ਼ਰ ਨਹੀਂ ਹੁੰਦੇ ਸੀ। ਦੂਜਾ ਇਹ ਵੀ ਲੋਕ ਹੁਣ ਕਹਿਣ ਲੱਗ ਗਏ ਆ ਬਈ ਉਹਨਾਂ ਦੀ ਮਾਨਸਿਕਤਾ ਵੀ ਗੰਦੀ ਹੈ, ਕਈ ਤਰ੍ਹਾਂ ਦੀਆਂ ਗੱਲਾਂ। ਕੋਈ ਵੀ ਸ਼ਰੀਫ ਇਨਸਾਨ ਕਿਸੇ ਵੀ ਔਰਤ ਦੇ ਸ਼ਰੇ ਬਾਜ਼ਾਰ ਮੂੰਹ 'ਤੇ ਹੱਥ ਨਹੀਂ ਲਾਉਂਦਾ। ਬਹੁਤ ਘਟੀਆ ਕੰਮ ਕੀਤਾ ਉਹਨਾਂ ਨੇ, ਬਹੁਤ ਚਾਹੇ ਉਹਨਾਂ ਨੇ ਬਾਅਦ 'ਚ ਬਚਣ ਲਈ ਕਹਿ ਦਿੱਤਾ ਕਿ ਇਹ ਤਾਂ ਮੇਰੀ ਭੈਣ ਆ, ਪਰ ਉਹ IAS ਕੁੜੀ ਜਿਹਨੂੰ ਗੰਦੇ ਗੰਦੇ ਮੈਸੇਜ ਭੇਜਦੇ ਸੀ, ਉਹਨੂੰ ਵੀ ਬਾਅਦ 'ਚ ਭੈਣ ਹੀ ਕਿਹਾ ਸੀ, ਬਾਅਦ 'ਚ ਭੈਣ ਕਹਿ ਕੇ ਜਾਨ ਛਡਾਈ ਸੀ ਉਦੋਂ IAS ਆਫਿਸਰ ਐਸੋਸੀਏਸ਼ਨ ਦੇ ਕੋਲੋਂ। ਸੋ ਤੁਸੀਂ ਦੱਸੋ ਵੀ ਆਪਾਂ ਆਪਣੀ ਭੈਣ ਹੋਵੇ, ਭਤੀਜੀ ਹੋਵੇ, ਬੇਟੀ ਹੋਵੇ, ਕੀ ਆਪਾਂ ਉਹਦੇ ਸ਼ਰੇ ਬਾਜ਼ਾਰ ਕਚਹਿਰੀਆਂ 'ਚ ਇਸ ਤਰ੍ਹਾਂ ਮੂੰਹ 'ਤੇ ਹੱਥ ਲਾਉਂਦੇ ਜਿੱਦਾਂ ਚੰਨੀ ਨੇ ਲਾਇਆ ਬੀਬੀ ਜੀ ਦੇ। ਸੋ ਇਹ ਮਾੜੀ ਮਾਨਸਿਕਤਾ, ਪਲਿਊਟਡ ਮੈਂਟੈਲਿਟੀ ਦੀ ਉਦਾਹਰਨ ਸੀ। ਬੜਾ ਪਿੰਡ ਦੇ ਵਿੱਚ ਤੁਸੀਂ ਵੀ ਅਗਲੀ ਮੀਟਿੰਗ ਕਰਨ ਜਾ ਰਹੇ ਹੋ, ਕੱਲ੍ਹ ਕਿਸਾਨਾਂ ਵੱਲੋਂ ਕੀਤਾ ਗਿਆ ਸੀਗਾ ਵਿਰੋਧ, ਪਰ ਉਹਨਾਂ ਨੇ ਕਿਹਾ ਕਿਸਾਨਾਂ ਨੇ ਮੈਨੂੰ ਸਮਰਥਨ ਦੇ ਦਿੱਤਾ। ਕਿਸਾਨ ਜਥੇਬੰਦੀਆਂ ਵੱਲੋਂ ਕੱਲ੍ਹ ਸਵਾਲ ਜਵਾਬ ਕੀਤੇ ਗਏ ਆ ਬੜਾ ਪਿੰਡ ਦੇ ਵਿੱਚ ਉਹਨਾਂ ਨੂੰ, ਅਤੇ ਉਹ ਤੋਂ ਬਾਅਦ 'ਚ ਉਹਨਾਂ ਨੇ ਕਹਿ ਦਿੱਤਾ ਜੀ, ਪੋਸਟ ਪਾ ਤੀ ਆਪਣੇ ਸੋਸ਼ਲ ਮੀਡੀਆ 'ਤੇ ਕਿ ਕਿਸਾਨਾਂ ਨੇ ਮੈਨੂੰ ਸਮਰਥਨ ਦੇ ਦਿੱਤਾ ਚੰਨੀ। ਹਾਂਜੀ, ਅਤੇ ਬਾਅਦ ਵਿੱਚ ਕਿਸਾਨ ਜਥੇਬੰਦੀਆਂ ਨੂੰ ਕੰਟੈਕਟ ਕੀਤਾ ਕਿ ਰਾਜਨੀਤਿਕ ਇੰਨੀ ਕੁ ਗੰਦਗੀ ਹੋ ਗਈ ਹੈ ਕਿ ਅਸੀਂ ਉੱਥੇ ਵਿਰੋਧ ਕੀਤਾ ਜਾਂ ਸਵਾਲ ਜਵਾਬ ਕੀਤੇ ਅਤੇ ਸਾਡਾ ਸਮਰਥਨ ਲਿਖ ਦਿੱਤਾ ਗਿਆ। ਬਸ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਬਈ ਉਹ ਕਿਸ ਟਾਈਪ ਦਾ ਨੇਤਾ ਹੈ। ਉਹ ਸੱਚ ਨੂੰ ਝੂਠ ਬਣਾਉਣ ਵਾਲਾ ਬੰਦਾ ਹੈ ਅਤੇ ਝੂਠ ਨੂੰ ਸੱਚ। ਜੇ ਤੁਸੀਂ ਇਹ ਸਮਝ ਲਓ ਵੀ ਕਿਸਾਨਾਂ ਨੇ ਉਹਨੂੰ ਸਵਾਲ ਪੁੱਛੇ ਆ, ਅਤੇ ਉਹਨੂੰ ਕਹਿਣਾ ਚਾਹੀਦਾ ਸੀ ਸਪਸ਼ਟ ਹੋ ਕੇ ਕਿ ਹਾਂ ਉਹਨਾਂ ਨੇ ਮੈਨੂੰ ਸਵਾਲ ਪੁੱਛਿਆ ਅਤੇ ਉਹਨਾਂ ਨੇ ਕਹਿਤਾ ਸਮਰਥਨ ਦਿੱਤਾ, ਮਤਲਬ ਬਿਲਕੁਲ ਹੀ ਮਤਲਬ ਝੂਠ ਗੁੰਨ ਦਿੱਤਾ, ਲੂਣ ਗੁੰਨ ਦਿੱਤਾ। ਸੋ ਕੀ ਇਹੋ ਜਿਹੇ ਬੰਦੇ ਨੂੰ ਲੋਕ ਵੋਟਾਂ ਪਾਉਣਗੇ? ਨਾਲੇ ਹੋਰ ਸੁਣੋ ਮੇਰੀ ਗੱਲ, ਕੌਣ ਜਾਊਗਾ 160 ਕਿਲੋਮੀਟਰ ਦੂਰ ਖਰੜ ਅਤੇ ਮੋਰਿੰਡੇ? ਕੱਲ੍ਹ ਨੂੰ ਤੁਹਾਨੂੰ ਕੋਈ ਕੰਮ ਪੈ ਜਾਂਦਾ, ਕਿਸੇ ਹੋਰ ਨੂੰ ਪੈ ਜਾਂਦਾ, ਅਤੇ ਇਹ ਤਾਂ ਐਸਾ ਨੇਤਾ ਜਿਹੜਾ ਕਦੀ ਮੁੜ ਕੇ ਫੋਨ ਵੀ ਨਹੀਂ ਚੁੱਕਦਾ ਕਿਸੇ ਦਾ। ਮੇਰਾ ਤਾਂ 20 ਸਾਲਾਂ ਤੋਂ ਟੈਲੀਫੋਨ ਨੰਬਰ ਵੀ ਸੇਮ ਆ, ਤੁਸੀਂ ਚੈੱਕ ਕਰਕੇ ਦੇਖ ਲਓ ਆਪਣਾ ਫੋਨ। ਸੋ ਇਹ ਸਾਰੇ ਜਿਹੜੇ ਉਡਾਰੀ ਮਾਰ ਕੇ ਆਏ ਨਾ ਇੱਧਰੋਂ ਉੱਧਰ, ਇਹਨਾਂ ਨੇ ਚਲੇ ਜਾਣਾ। ਇਹ ਤਾਂ 1 ਜੂਨ ਤੱਕ ਇੱਥੇ ਆ, 1 ਜੂਨ ਤੋਂ ਬਾਅਦ ਜੇ ਚਰਨਜੀਤ ਸਿੰਘ ਚੰਨੀ ਤੁਹਾਨੂੰ ਜਲੰਧਰ ਦੇ ਕਿਸੇ ਇਲਾਕੇ 'ਚ ਲੱਭ ਪਵੇ ਮੈਨੂੰ ਪੁੱਛ ਲਿਓ, ਕਦੀ ਵੀ ਨਹੀਂ ਆ ਸਕਦੇ, ਆਉਣਾ ਹੀ ਨਹੀਂ। ਅਤੇ ਕਾਂਗਰਸ ਦੇ ਪੱਲੇ ਵੈਸੇ ਵੀ ਕੁਛ ਨਹੀਂ ਰਿਹਾ, ਟੁੱਟ ਗਈ ਆ, ਫੁੱਟ ਦਾ ਸ਼ਿਕਾਰ ਆ ਕਾਂਗਰਸ, ਕੋਈ ਏਜੰਡਾ ਹੀ ਹੈ ਨਹੀਂ ਕਾਂਗਰਸ ਕੋਲ, ਲੀਡਰ ਹੀ ਹੈ ਨਹੀਂ, ਇੰਜਣ ਹੀ ਹੈ ਨਹੀਂ, ਤਾਂ ਡੱਬੇ ਵਿਚਾਰੇ ਕੀ ਕਰਨਗੇ? ਅਤੇ ਜਲੰਧਰ ਦੇ ਕਾਂਗਰਸ ਹੀ ਵੈਸੇ ਪਰੇਸ਼ਾਨ ਆ ਬਈ ਯਾਰ ਅਸੀਂ ਇੱਦਾਂ ਦੇ ਬੰਦੇ ਲਈ ਵੋਟਾਂ ਮੰਗੀਏ ਜਿਹੜਾ ਅਸਫਲ ਅਤੇ ਫੇਲਡ ਲੀਡਰ ਹੈ।
ਪਰ ਆਪਾਂ ਇੰਡੀਆ ਗੱਠਜੋੜ ਜਿਹੜਾ ਹੈ ਪੰਜਾਬ ਤੋਂ ਬਾਹਰ ਆਪਾਂ ਕਾਂਗਰਸ ਨਾਲ ਹੀ ਕੀਤਾ ਹੋਇਆ। ਦੇਖੋ, ਵੱਡੇ ਦੁਸ਼ਮਣ ਨੂੰ ਕਈ ਵਾਰੀ ਢਾਉਣ ਲਈ ਰਾਜਨੀਤੀ 'ਚ ਇਹੋ ਜਿਹੇ ਫੈਸਲੇ ਲੈਣੇ ਪੈਂਦੇ ਆ। ਹਾਲਾਂਕਿ ਸਾਨੂੰ ਪਤਾ ਕਿ ਇਸ ਦੇਸ਼ ਵਿੱਚ ਸੰਵਿਧਾਨ ਨੂੰ ਕਾਂਗਰਸ ਨੇ ਲਾਗੂ ਨਹੀਂ ਹੋਣ ਦਿੱਤਾ 50-60 ਸਾਲ, ਸੰਵਿਧਾਨ ਨੂੰ ਕਮਜ਼ੋਰ ਕਰਕੇ ਰੱਖਿਆ। ਪਰ ਹੁਣ BJP ਜਿਹੜੀ ਬਿਲਕੁਲ ਉਹਨੂੰ ਬਦਲਣਾ ਹੀ ਚਾਹੁੰਦੀ ਆ, ਉਹਨੂੰ ਬਿਲਕੁਲ ਹਟਾਉਣਾ ਚਾਹੁੰਦੀ ਆ, ਅਤੇ ਆਮ ਆਦਮੀ ਪਾਰਟੀ ਹਾਲੇ 12 ਸਾਲ ਪੁਰਾਣੀ ਪਾਰਟੀ ਹੈ, ਹਾਲੇ ਜਦੋਂ ਬਚਪਨ 'ਚੋਂ ਬਾਹਰ ਆ ਰਹੀ ਆ, ਅਤੇ ਸਾਨੂੰ ਥੋੜ੍ਹਾ ਜਿਹਾ ਟਾਈਮ ਚਾਹੀਦਾ, 5 ਕੁ ਸਾਲ ਹੋਰ ਦੇ ਦਿਓ। ਕਾਂਗਰਸ ਕੁੰਗਰਸ ਤਾਂ ਸਭ ਖਤਮ, ਆਮ ਆਦਮੀ ਪਾਰਟੀ ਮੁਕਾਬਲਾ ਕਰੂਗੀ BJP ਦਾ ਇਕੱਲੀ, ਅਤੇ ਇਸ ਕਰਕੇ ਹੁਣ ਥੋੜ੍ਹੀ, ਕਿਉਂਕਿ ਹਾਲੇ ਨਵੀਂ ਪਾਰਟੀ ਹੈ ਅਤੇ ਸਾਡੀ ਇਹ ਮਜਬੂਰੀ ਹੈ। ਪਰ ਪੰਜਾਬ 'ਚ ਇਸ ਕਰਕੇ ਨਹੀਂ ਕੀਤਾ, ਸਾਰਾ ਤਾਂ ਲੁੱਟ ਲਿਆ ਪੰਜਾਬ 'ਚ ਇਹਨਾਂ ਨੇ ਜਦੋਂ ਸਰਕਾਰ 'ਚ ਮੰਤਰੀ ਸੀ ਇਹ 2017 ਤੋਂ 22 ਤੱਕ, ਫੜ ਫੜ ਕੇ ਭਗਵੰਤ ਸਿੰਘ ਮਾਨ ਜੀ ਨੇ ਅੰਦਰ ਦਿੱਤੇ ਆ। ਫਿਰ ਉਹਨਾਂ ਨਾਲ ਅਸੀਂ ਪੰਜਾਬ 'ਚ ਸਮਝੌਤਾ ਕਰਦੇ, ਲੋਕਾਂ ਨੇ ਕਹਿਣਾ ਸੀ ਇਹ ਕੀ ਕੀਤਾ ਤੁਸੀਂ। ਇਹ ਉਹੀ ਕਾਂਗਰਸੀ ਮੰਤਰੀ ਜਿਹੜੇ 50-50 ਲੱਖ ਰੁਪਈਆ ਬੈਗ 'ਚ ਪਾ ਕੇ ਮੌਲ ਦੇ ਵਿੱਚ ਰਿਸ਼ਵਤਾਂ ਦੇਣ ਆਉਂਦੇ ਸੀ ਅਫਸਰਾਂ ਨੂੰ, ਫਿਰ ਉਹਨਾਂ ਨੂੰ ਕਿੱਦਾਂ ਸਮਝੌਤਾ ਉਹਨਾਂ ਨਾਲ ਕਰ ਲੈਂਦੇ। ਹਾਂਜੀ, ਫਲੋਰ ਦਾ ਰੋਡ ਸ਼ੋਅ ਕਦੋਂ ਦਾ ਆਏਗਾ? ਥੋੜ੍ਹੇ ਦਿਨਾਂ 'ਚ ਕਰਦੇ ਹਾਂ। ਬਹੁਤ ਚਾਅ ਆ ਸਾਰੇ ਪਾਸੇ, ਮੈਨੂੰ ਆਦਮਪੁਰ ਵੀ ਪੁੱਛਦੇ ਆ, ਭੋਗਪੁਰ ਵਾਲੇ ਪੁੱਛਦੇ ਆ, ਨਕੋਦਰ ਵਾਲੇ ਪੁੱਛਦੇ ਆ ਵੀ ਕਦੋਂ ਆ ਰਹੇ ਹਾਂ, ਕਦੋਂ ਆ ਰਹੇ ਹਾਂ। ਭਗਵੰਤ ਸਿੰਘ ਮਾਨ ਜੀ ਆਉਣਗੇ, ਅਰਵਿੰਦ ਕੇਜਰੀਵਾਲ ਜੀ ਵੀ ਆ ਰਹੇ ਜਲੰਧਰ ਲੋਕ ਸਭਾ 'ਚ। ਇੱਕ ਨਾਨਕੇ ਪਿੰਡ ਦੀ ਗੁਹਾਰ ਵੀ ਹੈ ਜੀ, ਅਸੀਂ ਵੀ ਦੱਸ ਦਿੰਦੇ ਹਾਂ ਕਿ ਜਿਹੜਾ ਉਹ ਰੋਡ ਆ, ਪਿਛਲੀ ਵਾਰੀ ਭਗਵੰਤ ਮਾਨ ਸਾਹਿਬ ਨੇ 22 ਇਲੈਕਸ਼ਨ ਦੇ ਵਿੱਚ ਐਲਾਨ ਕਰ ਦਿੱਤਾ ਸੀ, ਰਿਜ਼ਲਟ ਜੋ ਮਰਜ਼ੀ ਆਵੇ ਰੋਡ ਬਣੂਗਾ। ਭਾਅ ਜੀ, ਗੱਲ ਇੱਦਾਂ ਆ ਵੀ ਡਿਊਟੀ ਜਿਹੜੀ ਲਾਈ ਸੀ ਤੁਸੀਂ ਸਾਰਿਆਂ ਨੇ, ਤਾਂ ਭਗਵੰਤ ਮਾਨ ਜੀ ਨੇ ਸੁਸ਼ੀਲ ਕੁਮਾਰ ਰਿੰਕੂ ਦੀ, ਦੇਖੋ ਅੱਗੋਂ ਹਲਕੇ ਵੰਡੇ ਹੁੰਦੇ, ਹਲਕਿਆਂ ਦੇ ਕੰਮ ਕਰਨੇ ਹੁੰਦੇ ਆ, ਉਹਨੂੰ ਪਾਰਲੀਮੈਂਟ ਮੈਂਬਰ ਬਣਾਇਆ ਸੀ, ਕਈ ਕੰਮ ਉਹਦੇ ਜਿੰਮੇ ਪਾਏ ਸੀ ਲੋਕਾਂ ਨੇ, ਕਈ ਕੰਮ ਬੋਲਣੇ ਨਹੀਂ, ਉਹ ਸਾਰੇ ਕੰਮਾਂ ਤੋਂ ਪੱਲਾ ਝਾੜ ਗਿਆ। ਅਤੇ BJP 'ਚ ਪਤਾ ਨਹੀਂ ਡਰਦੇ ਚੱਲ ਗਏ ਰਿੰਕੂ ਜੀ, ਪਤਾ ਨਹੀਂ ਕਿਸੇ ਲਾਲਚ ਵਿੱਚ ਚੱਲ ਗਏ, ਅਤੇ ਇਹ ਉਹ ਤਾਂ ਉਹ ਹੀ ਦੱਸ ਸਕਦੇ, ਕੰਮ ਸਾਰੇ ਹੀ ਛੱਡ ਕੇ ਚੱਲ ਗਏ ਵਿੱਚ। ਪਰ ਮੈਂ ਉਹ ਸਾਰੇ ਕੰਮ ਕਰਾਊਂਗਾ, ਮੇਰਾ ਟੀਚਾ ਆ ਵੀ ਜਲੰਧਰ ਲੋਕ ਸਭਾ 'ਚ ਜੇ ਮੈਨੂੰ ਲੋਕਾਂ ਨੇ ਜਿਤਾਇਆ, 1 ਲੱਖ ਰੁਜ਼ਗਾਰ ਦਾ ਪ੍ਰਬੰਧ ਕਰਨਾ ਵਾ, 1 ਲੱਖ ਰੁਜ਼ਗਾਰ, ਕਿਉਂਕਿ ਬੇਰੁਜ਼ਗਾਰੀ ਜਿਹੜੀ ਚਰਮ ਸੀਮਾ 'ਤੇ ਆ। ਕਾਂਗਰਸ ਨੇ ਵੀ ਬੇਰੁਜ਼ਗਾਰੀ ਵਧਾਈ ਆ, BJP ਨੇ ਉੱਤੇ ਕੁਛ ਨਹੀਂ ਕੀਤਾ। ਮੈਂ ਬੱਚਿਆਂ ਨੂੰ ਸਪੋਰਟਸ ਨਾਲ ਜੋੜਨ ਲਈ, ਐਜੂਕੇਸ਼ਨ ਕੁਆਲਿਟੀ ਦੇਣ, ਕੁਆਲਿਟੀ ਐਜੂਕੇਸ਼ਨ ਦੇਣ ਲਈ ਬਹੁਤ ਕੋਸ਼ਿਸ਼ ਕਰੂੰਗਾ, ਰੁਜ਼ਗਾਰ ਦੇ ਉੱਤੇ ਕੰਮ ਕਰਾਂਗੇ। ਇਹ ਜਿਹੜਾ ਨਸ਼ਾ ਫੈਲਾਇਆ ਪਿਛਲੀ ਕਾਂਗਰਸ ਨੇ, ਨਸ਼ੇ ਨੂੰ ਚੰਗੀ ਤਰ੍ਹਾਂ ਖਤਮ ਕਰਾਂਗੇ, ਪਰ ਥੋੜ੍ਹਾ ਵਕਤ ਚਾਹੀਦਾ, ਕਿਉਂਕਿ ਲੰਬੀ ਕੋਈ ਪੁਰਾਣੀ ਬਿਮਾਰੀ ਹੋਵੇ ਨਾ, ਉਹਨੂੰ ਹੱਡਾਂ 'ਚੋਂ ਕੱਢਣ ਲਈ ਕਈ ਵਾਰੀ ਲੰਬੇ ਟਾਈਮ 'ਤੇ ਦਵਾਈ ਖਾਣੀ ਪੈਂਦੀ ਹੈ। ਕੰਮ ਚੱਲ ਰਿਹਾ, ਨਸ਼ਾ ਖਤਮ ਕਰ ਦੇਵਾਂਗੇ ਆਪਾਂ। ਥੈਂਕ ਯੂ।